50,000 ਦੀ। ਹਾਂਜੀ ਦੱਸੀ ਜੀ ਕਿਹੜਾ ਪਹਿਲਵਾਨ ਕਿਹੜੇ ਗੁੱਟੇ ਦੇ ਵਿੱਚ ਜਿਹੜਾ ਜਾਣਕਾਰੀ ਗਏ ਆ ਜੀ ਕ੍ਰਿਸ ਦੱਸੋ ਜੀ ਕਿਹੜਾ ਪਹਿਲਵਾਨ ਕਿਹੜੇ ਗੁੱਟੇ ਘੁੰਮਦਾ ਜਸਵੀਰ ਪਰਚੇ ਸਮੀਰ ਚੰਡੀਗੜ੍ਹ
ਆਏ ਡਾਕੂ ਵਾਲੇ ਜੋ ਸਬੂਰ ਪਰਚ ਤੇ ਸਬੂਰ ਚੰਡੀਗੜ੍ਹ ਆਏ ਡਾਕੂ ਨੇ ਤਾਂ ਦੇਖਣ ਵਾਲਾ ਚ ਆਏ ਡਾਕੂ ਨੇ ਪਰਚ ਕੇ ਸਮਾਂ ਥੋੜਾ ਆਪਣੇ ਕੋਲ ਅਸੀਂ ਬਾਰ ਬਾਰ ਬੋਲਦੇ ਸਮਾਂ ਥੋੜਾ ਆਪਣੇ ਕੋਲ ਹਾਂਜੀ ਸਟੇਜ ਤੇ ਕੋਈ ਪਹਿਲਵਾਨ ਨਾ ਆਵੇ ਸਾਡੀ ਬੇਨਤੀ ਆ ਸਾਡੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਕਿਸੇ ਪਹਿਲਵਾਨ ਨੇ ਸਟੇਜ ਤੇ ਨਹੀਂ ਆਉਣਾ ਤੋਂ ਬੜੀ ਵਧੀਆ ਚੱਲਦੀ ਹੋਈ 55,000 ਦੀ ਕੁਸ਼ਤੀ ਮੈਦਾਨ ਦੇ ਵਿੱਚ ਪਹਿਲਵਾਨਾਂ ਦੇ ਟਾਈਮ ਦੇ ਥੋੜਾ ਟਾਈਮ ਦੇ ਦਿਓ ਜਸਵੀਰ ਪਰਚ ਤੇ ਜਸਵੀਰ ਪਰਚ ਸੁਨੀਲ ਚੰਡੀਗੜ੍ਹ ਆਓ ਤਾਂ ਫੇਰ ਜਲਦੀ ਨਾਲ ਜਿਹੜੇ ਪਹਿਲਵਾਨਾਂ ਦਾ ਨਾਮ ਦਿੰਦੇ ਆ ਅਸੀਂ ਨਾਂ ਲੈਂਦੇ ਤੁਸੀਂ ਦੁਬੇਤੇ ਨਾਲ ਲੈਂਦੇ ਖੂਨਦਾਨ ਕੈਂਪ ਦੇ ਵਿੱਚ ਜ਼ਰੂਰ ਪੁੱਛਣਾ 17 ਨਵੰਬਰ ਨੂੰ ਕਿਸੇ ਲੰਗਰ ਦੇ ਵਿੱਚ ਖੂਨਦਾਨ ਕੈਂਪ ਲੱਗ ਰਿਹਾ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸੰਬੰਧੀ ਇੱਕ ਦੇਸ ਸਭ ਦੇ ਰੁੱਖ ਦਾ ਕਾਪ ਪਵਿੱਤਰ ਮੰਤਰੀ ਬਹੁਤ ਸੁਭਾਗਾ ਤੇ ਧਰਤੀ ਹੈ ਰਿਸ਼ੀ ਬਣੀਆਂ ਦੀ ਧਰਤੀ ਹੈ ਅਕਾਲ ਕਰਤਾ ਹੈ ਬਾਬਾ ਦਇਆਨੰਦ ਜੀ ਇਸ ਧਰ ਦੇ ਮਾਜਰੀ ਨਗਰ ਦੇ ਵਿੱਚ ਵੱਡਾ ਜੰਗਲ ਜਿਹੜਾ ਅੱਜ ਤਾਂ ਵੇਖੇ ਵੀ ਧਰ ਦੇ ਹੋਏ ਦੇਖਦੇ ਹੈ ਤਾਂ ਦੇ ਮਾੜੇ ਜਿਹੜੇ ਸੱਦੇ ਹੈ ਸਾਡੀ ਸਮੁੱਚੀ ਪ੍ਰੰਤਰੀ ਕਮੇਟੀ ਦੀ ਵੱਡੀ ਮਾਰਗਦਾਰ ਹੈ ਮੇਰੀ ਬੇਨਤੀ ਹੈ ਵੀ ਅਗਲੀ ਕੁਸ਼ਤੀ ਦੇ ਲਈ ਪਹਿਲਵਾਨ ਰਾਹੁਲ ਕੰਸਾਲਾ ਦੇ ਨਾਲ ਜਸਪਿੰਦਰ ਢਿੰਦਰ ਇਹ ਪਹਿਲਵਾਨ ਜਿਹੜੇ ਤੁਸੀਂ ਬੋਲੀ ਤੋਂ ਜਲਦੀ ਬੇਟੇ ਦੇ ਚੈਨਲ ਦਿਖਾਏ ਦੇ ਹਾਂਜੀ ਬੇਨਤੀ ਹੈ ਜੀ ਰਾਹੁਲ ਪਹਿਲਵਾਨ ਕੰਸਾਲਾ ਦੇ ਨਾਲ ਜਸਪਿੰਦਰ ਢਿੰਦਰ ਇਹ ਮਾਰਾ ਸਾਨੂੰ ਪਰਚੀ ਪੁਸ਼ਟੀ ਕਰੀ ਜੋ ਸਾਡੇ ਕੋਲ ਜੀ 25 ਤਰੀਕ ਦਾ ਵਿਸ਼ਾਲ ਕੁਸ਼ਤੀ ਦੰਗਲ ਆ ਪਿੰਡ ਬਡਾਲੀ ਦਾ ਪਿੰਡ ਬਡਾਲੀ ਦੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਤਾਂ ਜੱਸਾ ਪੱਟੀ ਪਹੁੰਚ ਰਿਹਾ ਹੈ 25 ਤਰੀਕ ਨੂੰ ਕਿੰਤੂ ਸਾਡਾ ਵੀਰ ਪਹੁੰਚਿਆ ਬਹੁਤ ਬਹੁਤ ਧੰਨਵਾਦ ਲੈ ਵੀ ਆਫਰ ਤਿਆਰ ਹੋ ਕੇ ਮੇਰੀ ਬੇਨਤੀ ਹੈ ਵੀ ਵਿਦੇਸ਼ ਸਾਹਿਬਾਨ ਰਾਜਾ ਖਾੜਾ ਤੇ ਨਾਲ ਹੋਏਗਾ ਰਮਨ ਆਨੰਦਪੁਰ ਇਹ ਜਲਦੀ ਕਰਕੇ ਮੇਰੀ ਬੇਨਤੀ ਹੈ ਸਾਹਿਬਾਨ ਜਿਹੜੇ ਉੱਥੇ ਪਹੁੰਚਾ ਰਹੇ ਹਨ ਰਮਨ ਸਾਹਿਬਾਨ ਨਾਮੋਦਰ ਆਉਣਾ
ਸਾਢੇ ਪੰਜ ਵਜੇ, ਦਸ ਮਿੰਟ ਤੋਂ ਬਾਅਦ ਆ, ਦਸ ਮਿੰਟ ਰਹਿੰਦੇ ਸਾਢੇ ਪੰਜ ਵਜੇ ਨੂੰ ਕਬੂ ਜੀ ਇੱਕ ਮਿੰਟ ਜਿਹੜੀ ਨਰਿੰਦਰ ਸਿੰਘ ਧੜੀ ਦੀ ਕੁਸ਼ਤੀ ਹੋਣੀ ਆ ਸ਼ਾਨਦਾਰ ਕੁਸ਼ਤੀ ਜਿਹੜੀ ਚੱਲ ਰਹੀ ਹੈ ਪਹਿਲਵਾਨਾਂ ਦੇ ਮੈਦਾਨ
ਪੰਜ ਚੌਕੀ ਆਪਾਂ ਵੇਖ ਰਹੇ ਵੀ ਸਾਰੇ ਪਾਤਸ਼ਾਹ ਦੇ ਵਿੱਚ ਚਾਹੁੰਦੀ ਹੋਇਆ ਹਰ ਸਮੇਂ ਦੇ ਮੁਕਾਬਲੇ ਆ ਮੇਰੀ ਬੇਨਤੀ ਹੈ ਵੀ ਜਲਦੀ ਦੇ ਕੇ ਧਰਮ ਰਾਹੁਲ ਚੰਡੀਗੜ੍ਹ ਦੇ ਨਾਲ ਨਵੀਂ ਰਾਜਾ ਖਾੜਾ ਇਹ ਜਲਦੀ ਦੇ ਕੇ ਪਹਿਲਵਾਨ ਤਿਆਰ ਹੋ ਜਾਣਾ ਨਵੀਂ ਪਹਿਲਵਾਨ ਰਾਜਾ ਖਾੜਾ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਗਿੱਲ ਦੇ ਨਾਲ ਸਾਰੀ ਸੁਰੱਖਿਆ ਟੀਮ ਦਾ ਬਲਦੇਵ ਸਿੰਘ ਜੀ ਕਿਰਾਵਾ ਹਰਦੀਪ ਸਿੰਘ ਸਰਪੰਚ ਰਣਧੀਰ ਸਿੰਘ ਜੀ ਧੀਰਾ ਤੇ ਸਰਬਜੀਤ ਸਿੰਘ ਜੀ ਸਾਰਿਆਂ ਸ਼ਖਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ 21 ਤੇ 22 ਤਰੀਕ ਦਾ ਵਿਸ਼ਾਲ ਦੰਗਲ ਭਾਈ ਜਲਦੀ ਲੈ ਕੇ ਆਓ ਤਾਂ ਦਾ ਨਰਿੰਦਰ ਮਾਮੇਪੁਰ ਤੇ ਨਾਲ ਹੋਏਗਾ ਨਵਜੀਤ ਸਿੰਘ ਮਰਾਲੀ ਸਰਬਜੀਤ ਸਿੰਘ ਸਾਡੀ ਮੰਦਰਾ ਰਵਿੰਦਰ ਖੇੜਾ ਬਲਦੇਵ ਸਿੰਘ ਜਿਉਰਾਵਾਦ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਆਏ ਸਾਰੀ ਟੀਮ ਦਾ ਇਹਨਾਂ ਦਾ ਬਹੁਤ ਸਵਾਗਤ ਹੈ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪੰਚਾਇਤ ਵੱਲੋਂ ਧੰਨਵਾਦ ਹੈ ਨਗਰ ਵੱਲੋਂ ਧੰਨਵਾਦ ਹੈ ਬਹੁਤ ਸੱਚੇ ਸੁੱਚੇ ਸਾਡੇ ਅਕਾਲੀ ਦਲ ਦੇ ਨੇ ਲੀਡਰ ਮੋਹਾਲੀ ਤੋਂ ਸਾਰੇ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਬਹੁਤ ਬਹੁਤ ਕਮੇਟੀ ਵੱਲੋਂ ਇਹਨਾਂ ਨੂੰ ਧੰਨਵਾਦ ਕਹਿ ਜਾਂਦਾ ਜੀ ਆਇਆਂ ਕਹਿ ਜਾਂਦਾ ਮੈਂ ਪ੍ਰਧਾਨ ਜੀ ਕਹੂੰਗਾ ਇਹਨਾਂ ਨੂੰ ਕਿਰਪਾ ਕਰਕੇ ਰਣਜੀਤ ਸਿੰਘ ਗਿੱਲ ਨੂੰ ਜਿਹੜਾ ਸਨਮਾਨ ਇਹਨਾਂ ਦਾ ਕਰਿਆ ਜਾਵੇ ਆਜ ਵੀ ਰਣਜੀਤ ਸਿੰਘ ਗਿੱਲ ਜੀ ਬਹੁਤ ਸਰਕਾਰ ਜਿਹੜੇ ਮੰਤਰੀ ਉੱਤੇ ਜਾ ਰਹੀ ਹੈ ਸਰਦਾਰ ਰਣਜੀਤ ਸਿੰਘ ਜੀ ਗਿੱਲ ਵਿਸ਼ੇਸ਼ ਤੌਰ ਤੇ ਸਾਡੇ ਪੋਲੀਟੀਕਲ ਦੁਨੀਆਂ ਦਾ ਬਹੁਤ ਵੱਡਾ ਚਿਹਰਾ ਹੈ ਜਿਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਭਾਈ ਮਨੀ ਰਾਜਾ ਖਾੜਾ ਤੇ ਰਾਹੁਲ ਚੰਡੀਗੜ੍ਹ ਇਹ ਜਿਹੜੇ ਪਹਿਲਵਾਨ ਆ ਤੇ 31 ਹਜ਼ਾਰ ਦੀ ਜਿਹੜੀ ਝੰਡੀਆਂ ਨੇ ਸਹਿਬਾਜ ਆਲਮਗੀਰ ਤੇ ਨਾਲ ਪਰਵਿੰਦਰ ਜੇਖੇਵਾ ਇਹ ਜਿਹੜੇ ਪਹਿਲਵਾਨ ਜਿੱਥੇ ਵੀ ਆਪ ਸੁਣਦੇ ਆ ਜਲਦੀ ਦੇ ਕੇ ਤਿਆਰ ਹੋ ਕੇ ਬਾਹਰ ਦੇ ਵਿੱਚ ਆ ਜਾਣਾ ਨਰਿੰਦਰ ਜੀ ਬਾਜੀ ਨਰਿੰਦਰ ਝੰਡੀਗੜ੍ਹੀ ਹਰਦੀਪ ਸਿੰਘ ਜਿੰਦਰਾਵਾਦ ਮਨਜੀਤ ਮਰਾਲੀ ਜੀ ਇਡਾਨ ਵਾਲੇ ਪਹਿਲਵਾਨ ਦੇ ਨਾਲ ਕੁਸ਼ਤੀ ਨੋਟ ਕਰੋ ਨਰਿੰਦਰ ਦੀ ਝੋਟੀ ਦੇ ਉੱਤੇ ਇਹ ਪਹਿਲਵਾਨ ਜਲਦੀ ਦੇ ਕੇ ਤਿਆਰ ਹੋ ਜਾ ਰਿਹਾ ਯੋਧਿਆ ਸਿੰਘ ਸੰਗਤਪੁਰਾ ਸਰਬਜੀਤ ਸਿੰਘ ਸਾਡੀ ਮਾਜਰਾ ਉਧਰ ਦੇਖੋ ਵੀ ਸ਼ਾਨਦਾਰ ਜਿਹੜੀ ਕੁਸ਼ਤੀ ਚੱਲ ਰਹੀ ਹੈ ਉਧਰਲੇ ਪਾਸੇ ਉਧਰ ਮਾਨ ਸਨਮਾਨ ਕੀਤੇ ਜਾ ਰਹੇ ਆ ਮੰਚ ਦੇ ਉੱਤੇ ਬਹੁਤ ਸ਼ਾਨਦਾਰ ਜਿਹੜੀ ਕੁਸ਼ਤੀ ਆਪਾਂ ਦੇਖ ਰਹੇ ਉਧਰਲੇ ਪਾਸੇ ਛੋਟਾ ਗਨੀ ਹੈ ਉਧਰਲੇ ਪਾਸੇ ਲਾਲ ਮੋਟੇ ਦੇ ਵਿੱਚ ਬਹੁਤ ਵਧੀਆ ਜਿਹੜੀ ਕੁਸ਼ਤੀ ਚੱਲ ਰਹੀ ਹੈ ਇਹਦਾ ਪਹਿਲਵਾਨ ਦਾ ਬਿਆਨ ਹੈ ਨਾ ਜੀ 31,000 ਦੀ ਜਿਹੜੀ ਕੁਸ਼ਤੀ ਹੋਣੀ ਹੈ ਪਹਿਲਵਾਨ ਧਿਆਨ ਦੇ ਸਹਿਬਾਜ ਆਲਮਗੀਰ ਖੜੇ ਕਰੋ ਸਹਿਬਾਜ ਆਲਮਗੀਰ ਪਰਮਿੰਦਰ ਜੱਖੇ ਹੈ ਕਿਧਰੇ ਪਹਿਲਵਾਨ ਪਰਮਿੰਦਰ ਜੱਖੇ ਦੇ ਨਾਲ ਸਹਿਬਾਜ ਆਲਮਗੀਰ ਜਿਹੜੇ ਪਹਿਲਵਾਨ ਬਿਲਕੁਲ ਤਿਆਰ ਹੋ ਜਾਏ ਇੱਧਰ 2 ਮਿੰਟ ਦਾ ਸਮਾਂ ਕੁਸ਼ਤੀ ਚੱਲਦੀ ਦਾ ਆਹ ਛੋਟੇ ਗਨੀ ਦੀ ਜਿਹੜੀ ਕੁਸ਼ਤੀ ਚੱਲ ਰਹੀ ਹੈ ਆਹ ਸਿਰੇ ਦਾ ਮੁਕਾਬਲਾ ਲਓ ਦੇਖੋ ਵੀ ਗੱਲਾਂ ਜਿਹੜੀਆਂ ਟਿਕਾਣੇ ਨੇ
ਕੌਣ ਮੇਰੇ ਕੋਲ ਇੱਕ ਆਵੇਗਾ। ਐਂ ਦੇਖੋ ਸਿਰੇ ਦੀ ਕੁਸ਼ਤੀ ਇਹਦਾ ਫਿਰ ਮਨਾਂ ਦਰਮਿਆਨ ਆ, ਉਧਰ ਜਸਵੀਰ ਵਾਲੇ ਦੀ ਕੁਸ਼ਤੀ ਵੀ ਹੋ ਚੁੱਕੀ ਹੈ ਹੈਦਰਾਬਾਦ ਤੋਂ। ਉਹ ਪਰਚੀ ਮਾਰੇ ਉਧਰ ਜਸਵੀਰ, ਇੱਧਰ ਪਰਚੀ ਮਾਰੇ ਉਧਰ ਬਹੁਤ ਬਹੁਤ ਧੰਨਵਾਦ ਹੈ। ਉਧਰ ਰਾਕੇਸ਼ ਦੀ ਕੁਸ਼ਤੀ ਵੀ ਜਿਹੜੀ ਚੱਲ ਰਹੀ ਹੈ, ਅੱਜ ਸੰਜੂ ਦਾ ਬੇਟਾ ਹੈ ਐਂ ਕਿਤੇ ਗੁਰਨਾ ਟਿਕਾਣੇ। ਉਧਰ ਜੱਸਾ ਵੀ ਪੁੱਜਿਆ ਹੋਇਆ ਨਾਦੇ ਵਾਲਾ, ਭਗਵਾਨ ਜੀ ਸਵਾਗਤ ਲਈ ਜੀ ਆਇਆਂ ਨੂੰ ਵੈਲਕਮ ਕੀਤਾ ਜਾ ਰਿਹਾ ਹੈ। ਫਿਰ ਤੋਂ ਦੁਬਾਰਾ ਜਿਹੜੀਆਂ ਦੇਵਤਾ ਨਾਢੇ ਦੇ ਦੰਗਲ ਦੀਆਂ ਰੱਖੀਆਂ ਜਾਣਗੀਆਂ, ਐਨ ਕਿਤੇ ਗੁਰਨਾ ਜਿਹੜੀਆਂ ਟਿਕਾਣੇ ਲੱਗਣਗੀਆਂ। ਭਾਈ ਮਨੀ ਰਾਜਾ ਖਾੜਾ ਤੇ ਰਾਹੁਲ ਚੰਡੀਗੜ੍ਹ ਚੱਲਦੀ ਕੁਸ਼ਤੀ? ਹਾਂ ਠੀਕ ਜੀ। ਭਾਈ ਸਹਿਬਾਜ ਆਲਮਗੀਰ ਹੈ ਕਿੱਧਰੇ? ਸਹਿਬਾਜ ਆਲਮਗੀਰ ਘੋੜੇ ਆ, ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ। ਸਹਿਬਾਜ ਆਲਮਗੀਰ ਭਾਈ ਡੈਨੀ ਲੱਡੂ ਮਾਂ ਜਿਹੜਾ ਪੁੱਜ ਗਿਆ ਕ੍ਰਿਸ਼ਨ ਚੰਡੀਗੜ੍ਹ ਦਾ, ਕੁਸ਼ਤੀ ਸ਼ੁਰੂ ਕਰ ਦੋ ਕਿਸੇ ਨੂੰ ਭਰਾਵਾਂ ਦਾ। ਪ੍ਰਿੰਸ ਜੀ ਤੁਸੀਂ ਦੋ ਮਿੰਟ ਬੋਲ ਦੋ, ਉਸ ਤੋਂ ਬਾਅਦ ਗਿੱਲ ਸਾਹਿਬ ਨੂੰ ਟਾਈਮ ਦੇਣਾ ਆਪਾਂ ਨੇ। ਭਾਜੀ ਦੋ ਕੁਸ਼ਤੀ ਲੜਾਈ ਹੋ ਰਹੀ ਹੈ, ਤੁਸੀਂ ਗਿੱਲ ਸਾਹਿਬ ਜਿਹਨਾਂ ਦੇ ਮਾਇਕ ਹੋਇਆ। ਭਾਈ ਮੈਨੂੰ ਹੁਸ਼ਿਆਰਪੁਰ ਭੋਲੂ ਬਾਬਾ ਫਲਾਈ ਵਿੱਚ ਆ ਰਹੇ, ਇੱਕ ਹੀ ਆਪਦੀ ਝੰਡੀ ਹੋਣੀ ਹੈ, ਪਹਿਲਾਂ ਧਿਆਨ ਦੇਣਾ, ਮੇਰੀ ਬੇਨਤੀ ਆ। ਹਾਂਜੀ ਰਣਜੀਤ ਸਿੰਘ ਜੀ ਗਿੱਲ ਉਹਨਾਂ ਦਾ ਵੀ ਸਨਮਾਨ ਕਰ ਰਹੇ ਹਾਂ ਅਸੀਂ। ਮਨੀਸ਼ ਜੀ, ਮਨੀਸ਼ ਗੌਤਮ ਜੀ, ਜਿਹਨਾਂ ਨੇ ਪਰਸਾਂ ਜੀ ਦਾ ਮਾਨ ਪੁੱਜਾ ਕੀਤਾ, ਬਹੁਤ ਬਹੁਤ ਧੰਨਵਾਦ। ਤੇ ਇੱਧਰ ਸਿੰਘ ਜੀ ਗਿੱਲ ਤੇ ਸੁਭਾਸ਼ ਸ਼ਰਮਾ ਜੀ ਸਾਡੇ ਵਿੱਚ ਪਹੁੰਚੇ ਹੋਏ ਨੇ, ਦੋ ਸਾਡੇ ਇਲਾਕੇ ਦੇ ਲੀਡਰ ਤੇ ਅਸ਼ੀਸ਼ ਜੀ।